धाम गयो रावण गयो जाका सपने जो सा जग रचना सब झूठ है जान ले हो कहे नानक फिर ना रहे जो जिसके जी पुराण है क्यों साहिब बनो सा क्यों साहिब बनो आनंद बुनी निधा गुरु गरीब निवाद गरीब जो आया सो चल सी सब को आई वार गया जिसके जी प्राण है गुरु साहिब ने उसारी है ਜਿਹਾ ਚੀਰੀ ਲਿਖਿਆ ਤਿਹਾ ਹੁਕਮ ਪਾਏ ਇਕੱਲੇ ਆਵੇ ਨਾਨਕਾ ਸਤਿ ਗੁਰੂ ਜਾਇ ਦੇ ਮਹਾਂਤ ਅਨੁਸਾਰ ਸੁਖਦਾਰ ਸੁਣਨਾ ਸ੍ਰੀ ਵਾਹਿਗੁਰੂ ਅਰਦਾਸ ਸਿੱਖੋ।
ਹੋਈ ਓਂਕਾਰ ਵਾਹਿਗੁਰੂ ਜੀ ਕੀ ਫਤਹ। ਆਪ ਜੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਰਸੇ ਰਾਜੀ ਬਾਣੀ ਦੇ ਜਾਪ ਸ੍ਰੀ ਅਖੰਡ ਸਾਹਿਬ ਨੂੰ ਕਰਵਾ ਕੇ ਆਤਮ ਮਤ ਮਤ ਸੰਪੂਰਨ ਰੂਪ ਪਵਾਏ ਉਪਰੰਤ ਗੁਰਦੁਆਰਾ ਗੁਰੂ ਨਾਨਕ ਪ੍ਰਭ ਸਾਹਿਬ ਕੇ ਪਾਤਸ਼ਾਹ ਜੀ ਕਿਤਰ ਹੁੰਦਿਆਂ ਹੋਇਆ ਅੰਤੇ ਸਤਿਗੁਰ ਬੋਲਿਆ, ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀ ਦੇ ਪਿੱਤਰ ਵਾਕਾਂ ਸਰ ਪਾਤਸ਼ਾਹ ਜੀ ਆਪ ਜੀ ਦੀ ਰਾਜੀ ਬਾਣੀ ਦਾ ਕੀਰਤਨ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਕਰਦੀਆਂ ਹੋ ਕੇ ਖਿਮਾ ਕਰਨੀਆਂ ਬਖਸ਼ਿਸ਼ ਕਰਨੀ ਆਏ।
Thank you.
गाम गयो रावण गयो जाका सपने जो सा जग रचना सब झूठ है जान ले हो कहे नानक फिर नाम रहे जो जिसके जी पुराण है क्यों साहिब बनो मुसारी क्यों साहिब बनो मुसारी आनंद बुनी सब को आई वारी है जिसके जी प्राण है गुरु साहिब ने उसारी है जिहा जी ने लिखिया तिहा हुकमाए कल्ले आवे नानका सतयुग की जाय दे महा अनुसार सुबेदार कार सिंह जी जितने उस काल काल पुण्य स्वस्थ पूंजी बख्श की सी अपने स्वस्थ की पूंजी इस बात को सफा करते हुए कुछ दिन पहला परिवार ने शरीर छोड़ा दे गया मेरे हाथियों सब को तेरे बस मेरे हरजियों सब को तेरे बस असा जोर नाही जे किश कर सब है जो भारत में इतने भाई
ਕਿਸੇ ਦਾ ਵੀ ਕੋਈ ਜ਼ੋਰ ਨਹੀਂ ਚੱਲਦਾ, ਕਿਤਨਾ ਵੀ ਆਦਮੀ ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਕੋਈ ਨਾ ਹੋਵੇ, ਇੱਥੇ ਆ ਕੇ ਇਨਸਾਨ ਦੀਆਂ ਸਾਰੀਆਂ ਦਰਦਾਂ ਖਤਮ ਹੋ ਜਾਂਦੀਆਂ, ਕਿਉਂਕਿ ਪੀਪ ਦਾ ਵਿਧਾਨ ਹੈ ਜੋ ਆਇਆ ਸੱਚਾ ਸੀ। ਮਾਲਕ ਨੇ ਲੀਲਾ ਹੀ ਐਸੀ ਰੱਖੀ ਹੈ, ਕਿਤਨਾ ਸੁੰਦਰ ਜੀਵ ਆਪਾਂ ਦੇਖਦੇ ਹਾਂ, ਕਿੰਨੀਆਂ ਸੋਹਣੀਆਂ ਮੂਰਤਾਂ ਕਾਲਪਾਤ ਨੇ ਘੜੀਆਂ ਹੋਈਆਂ। ਸਾਰੇ ਪਰਿਵਾਰ ਨੇ ਮਿਲ ਕਰਕੇ ਸੁੰਦਰਾਂ ਦਾ ਗੁਰਦਾਸਰਾ ਲਿਆ ਹੈ, ਇਸ ਮਾਤਰਾ ਤੋਂ ਜਾਣ ਲੱਗੇ ਤਾਂ ਸਾਰੇ ਪਰਿਵਾਰ ਨੂੰ ਸਭ ਕੇ ਸਦ ਬਾਣੀ ਹੈ, ਸਦ ਦਾ ਭਾਵ ਸਦਾ ਉਹ ਨਾ ਲਿਖੀ ਔਰ ਉਹਦੇ ਵਿੱਚ ਉਹਨਾਂ ਨੇ ਹੁਕਮ ਕੀਤਾ ਮੈਂ ਪਿੱਛੇ ਕੀਰਤਨ ਕਰਨ ਤੋਂ ਬਾਅਦ ਜੀ ਉਹ ਅਗਰ ਪੁਰਾਣੀ ਕੀਤੇ ਜਿਉਂ ਜਿਉਂ ਤੇਰਾ ਹੁਕਮ ਜਿਉਂ ਜਿਉਂ ਆ
ਹਮੇਸ਼ਾ ਗੱਲ ਚੰਗਿਆਈ ਦਿੰਦੀ ਹੈ ਚੰਗੇ ਕੰਮ ਹੋ
ਗੁਰੂ ਜੀ ਕਿਰਪਾ ਕਰਨ ਸਾਡੇ ਵਿੱਚ ਇਸ ਪਾਤਸ਼ਾਹ ਦੀ ਰਹਿਮਤ ਕਰਨ ਚੰਗੇ ਗੁਰ ਆਸਾਨ। ਜੇ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਘੱਟੋ ਘੱਟ ਆਪਾਂ ਦੁਆ ਲੈ ਕੇ ਆਪਣੇ ਪਰਿਵਾਰ ਨੂੰ ਸਹੀ ਤਰੀਕੇ ਨਾਲ ਚਲਾ ਲਈਏ, ਇਹਦੀ ਬਹੁਤ ਵੱਡੀ ਗੱਲ ਹੈ। ਕਿਸੇ ਦੀ ਖਿਦਮਤ ਕਰਨੀ, ਕਿਸੇ ਦੀ ਸੇਵਾ ਕਰਨੀ, ਸੋਸ਼ਲ ਵਰਕਰ ਬਣਨਾ ਬਹੁਤ ਵੱਡੀ ਗੱਲ ਹੈ। ਇਸ ਦਾ ਉਦਾਰ ਸਿੰਘ ਵਿੱਚ ਮੌਜੂਦ ਸੀ ਇਹ ਗੱਲ ਕਰ, ਜਿਹੜੇ ਵਿਸ਼ਾ ਆਪਣੇ ਪਰਿਵਾਰ ਨੂੰ ਸੈਟਿਸਫਾਈ ਕੀਤਾ ਹੈ, ਸੋਹਣੇ ਅਹੁਦਿਆਂ ਦੇ ਸੋਹਣੇ ਕੰਮਾਂ ਕਾਰਾਂ ਦੇ ਪਰਿਵਾਰ ਨੂੰ ਰੋਸ਼ਕ ਕੀਤਾ ਹੈ, ਨਾਲ ਨਾਲ ਇਸ ਨਗਰ ਦੀ ਸੇਵਾ ਕਰ ਰਿਹਾ ਹੈ। ਕਿਰਪਾ ਕਰੇ, ਰਹਿਮਤ ਕਰੇ, ਆਓ ਸ਼ਬਦ ਕਰ ਕੰਦ ਕੀ ਛਾਟ ਮੈਂ ਬੇ Thank you.
Thank you.
ਜੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਰਸੇ ਰਾਹੀ ਬਾਣੀ ਦੇ ਜਾਪ ਸ੍ਰੀ ਅਖੰਡ ਸਾਹਿਬ ਨੂੰ ਕਰਵਾ ਕੇ ਆਦਿ ਮਤ ਮਤ ਸੰਪੂਰਨ ਗੁਰੂ ਪਾਇਓ ਗ੍ਰੰਥ ਗੁਰਦੁਆਰਾ ਗੁਰੂ ਨਾਨਕ ਪ੍ਰਭ ਸਾਹਿਬ ਦੇ ਪਾਤਸ਼ਾਹ ਜੀ ਕਿਤਰ ਹੁੰਦਿਆ ਹੋਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀ ਉਹਦੇ ਗੁਰਦੁਆਰਾ ਸਰ ਪਾਤਸ਼ਾਹ ਜੀ ਆਪਣੀ ਦੀ ਰਾਹੀ ਬਾਣੀ ਦਾ ਕੀਰਤਨ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁਲਾਂ ਗਲਤੀਆਂ ਹੋਣਗੀਆਂ ਕਿਵੇਂ ਕਰਨੀਆਂ ਅਗੇ ਤੋਂ ਸੁਧ ਦੇ ਸਰਬਾਣੀ ਪੜ੍ਹ ਸੁਣਦੇ ਬਲ ਸਮਰੱਥਾ ਬਖਸ਼ਿਸ਼ ਕਰਨੀ ਉਸ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਜੋ ਜੀਵ ਸਾਥ ਵਿਛੜ ਚੁੱਕਾ ਸਾਨੂੰ ਬਖਸ਼ਿਸ਼ ਕਰਨਾ ਕਿਰਪਾ ਕਰਨੀ ਪਾਤਸ਼ਾਹ ਜੀ ਜੋ ਜੀਵ ਸਾਥ ਵਿਛੜ ਚੁੱਕਾ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨੀ ਪਿਛੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣ ਮੰਨਣ ਦੀ ਬਲ ਸਮਰੱਥਾ ਬਖਸ਼ਿਸ਼ ਕਰਨੀ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਨਾ ਬਰਕਤ ਭਰਿਆ ਰੱਖਣਾ ਪਰਿਵਾਰ ਨੂੰ ਵੀਰ ਕੇ ਆਦਮੀ ਬਖਸ਼ਿਸ਼ ਕਰਨੀ ਦੇਹ ਰੂਪਤਾਵਾਂ ਬਖਸ਼ਿਸ਼ ਕਰਨੀਆਂ ਸਿੱਖੀ ਭਰੋਸਾ ਬਖਸ਼ਿਸ਼ ਕਰਨਾ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨੀ ਆਪਸੀ ਪ੍ਰੇਮ ਨੂੰ ਪਿਆਰ ਅਤਰਾਕ ਬਖਸ਼ਿਸ਼ ਕਰਨਾ ਗ੍ਰਹਿ ਆਬਾਦ ਰੱਖਣੀ ਦੇਸਾਂ ਅੰਦਰ ਦੇਸਾਂ ਵਿੱਚ ਅੰਗ ਸੰਗ ਸਹਾਇਣਾ ਆਈਆਂ ਹੋਈਆਂ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਦੇਖੇ ਲਾਉਣੇ ਦਿਲ ਹੇਠਾਂ ਵਾਂ ਪ੍ਰਵਾਨ ਕਰਨੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਨੀਆਂ ਸਰਬੱਤ ਦੇ ਕਾਰਜ ਰਸ ਕਰਨੇ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਤਰ੍ਹਾਂ ਜੋਗੇਂਦਰ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸੇਵਕ ਪਰਿਵਾਰ ਵੱਲੋਂ ਆਪਣੀਆਂ ਕਿਰਤ ਕਮਾਈਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਪਾਤਸ਼ਾਹ ਜੀ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਨਾਨਕ ਹਰ ਰੰਗ ਰਾਤ
ਉਹ ਤੁਰਦਾ ਸੀ, ਹਰ ਕੋਈ ਬੰਦਾ ਮਾਣ ਕਰਦਾ ਸੀ ਇਹਨਾਂ 'ਤੇ ਵੀ ਮੈਂ ਇਹਨਾਂ ਕੋਲ ਜਾਏਗਾ ਅਤੇ ਮੈਨੂੰ ਚੰਗੀ ਸਿਹਤ ਦੇਣਗੇ। ਕਦੀ ਵੀ ਕਿਸੇ ਨੂੰ ਮਾੜੀ ਰਾਇ ਨਹੀਂ ਦਿੱਤੀ। ਚੰਗੀ ਸੋਚ ਵਾਲੇ, ਪਰਿਵਾਰਾਂ ਨੂੰ ਜੋੜਨ ਵਾਲੇ ਦੁਨੀਆਂ 'ਤੇ ਘੱਟ ਲੋਕ ਹੋਇਆ ਕਰਦੇ ਨੇ। ਬਹੁਤ ਵੱਡੀ ਘਾਟ ਹੈ ਕਿਸੇ ਨਗਰ ਨੂੰ ਅਤੇ ਪਿੰਡ ਨੂੰ ਹੈ। ਮੈਂ ਸਮਝਦਾ ਸਰਦਾਰ ਅਵਤਾਰ ਸਿੰਘ ਜੀ ਅਤੇ ਜਿਹੜੀ ਸੰਸਕਾਰਾਂ ਦੀ ਪੂੰਜੀ ਆਪਣੇ ਬੱਚਿਆਂ ਨੂੰ ਦਿੱਤੀ, ਮੇਰਾ ਵੀਰ ਸਰਦਾਰ ਲਹਾਰ ਸਿੰਘ ਅਤੇ ਗੁਰਵਿੰਦਰ ਸਿੰਘ ਲਾਡੀ ਤਹਿਸੀਲਦਾਰ ਸਾਹਿਬ ਇੱਥੇ ਬੈਠੇ ਨੇ। ਕੱਲ੍ਹ ਦੀਆਂ ਗੱਲਾਂ, ਅਸੀਂ ਇਕੱਠੇ ਖੇਡਦੇ ਮਿਲਦੇ ਸੀ, ਬੜੀ ਤੇਜ਼ੀ ਨਾਲ ਸਮਾਂ ਬੀਤਿਆ। ਸੰਖੇਪ ਜੀ, ਬਿਮਾਰੀ ਤੋਂ ਬਾਅਦ ਗੁਰੂ ਚਰਨਾਂ ਵਿੱਚ ਆਪ ਰਾਜੇ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ। ਉਹਨਾਂ ਨੂੰ ਸਾਰੇ ਹੀ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ। ਪਰਿਵਾਰ ਬਾਰੇ ਸਾਰਿਆਂ ਨੇ, ਜਿੰਨੇ ਵੀ ਬੁਲਾਰਿਆਂ ਨੇ ਇੱਥੇ, ਜਿੰਨੇ ਵੀ ਸਾਡੇ ਰਾਜਨੀਤਿਕ ਪਾਰਟੀਆਂ ਦੇ ਬੁਲਾਰੇ, ਰਿਸ਼ਤੇਦਾਰ, ਭੈਣ ਭਰਾ, ਇਹ ਪਰਿਵਾਰ ਦਾ ਇੱਕ ਵੱਖਰਾ ਹੀ ਸਥਾਨ ਆ ਆਪਣੇ ਇਲਾਕੇ ਦੇ ਵਿੱਚ। ਸਰਦਾਰ ਅਵਤਾਰ ਸਿੰਘ ਜੀ ਨੇ ਇਸ ਜਿਹੜੀ ਕਿਆਰੀ ਬੀਜੀ ਆ ਆਪਣੀ, ਜਿਹਦੇ ਵਿੱਚ ਇਹਨਾਂ ਦੇ ਬੇਟੇ ਇਹ ਫੁੱਲ ਇਸ ਵੇਲੇ ਮਹਿਕ ਰਹੇ ਆ, ਉਹ ਇਹਨਾਂ ਦੀ ਇੱਕ ਚੰਗੀ ਸ਼ਖਸੀਅਤ, ਇਹਨਾਂ ਨੇ ਚੰਗਾ ਇਹਨਾਂ ਨੂੰ ਸਿੱਖਿਆ ਦਿੱਤੀ ਅਤੇ ਇਹ ਪਰਿਵਾਰ ਬਹੁਤ ਹੀ ਇਲਾਕੇ ਦੇ ਵਿੱਚ ਵਧੀਆ ਵਿਚਰਿਆ। ਨੌਵਾਂ ਨੇ ਵੀ ਆਪਣੇ ਸਰੋਂ ਸਾਹਿਬ ਦੀ ਬਹੁਤ ਸੇਵਾ ਕੀਤੀ, ਬੱਚਿਆਂ ਨੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਪਿਆਰ ਲਿਆ ਵਾ। ਮੈਂ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ, ਸਾਰੇ ਆਏ ਭੈਣਾਂ ਭਰਾਵਾਂ ਦਾ, ਜਿਨ੍ਹਾਂ ਨੇ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਪਰਿਵਾਰ ਦੇ ਨਾਲ ਦੁੱਖ ਵਟਾਇਆ ਹੈ, ਉਹਨਾਂ ਦਾ ਬਹੁਤ ਬਹੁਤ ਕਿੱਥੇ ਉੱਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜੀ ਆਇਆ। ਹੁਣ ਕੜਾ ਪ੍ਰਸ਼ਾਦ ਦੀ ਦੇਖ ਵਰਤੇਗੀ, ਗੁਰੂ ਕਾ ਲੰਗਰ ਚੱਲ ਰਿਹਾ ਹੈ। ਜਿਹੜੇ ਵੀ ਭੈਣ ਭਰਾ ਨੇ ਕਿਸੇ ਦੇ ਗੁਰੂ ਕਾ ਲੰਗਰ ਨਹੀਂ ਛਕਿਆ, ਉਹ ਛਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।